ਪੰਜਾਬ 'ਚ ਵਗ ਰਹੇ ਨਸ਼ੇ ਦੇ ਛੜੇ ਦਰਿਆ ਨੂੰ ਰੋਕਣ ਅਤੇ ਨਸ਼ਿਆਂ ਨੂੰ ਪਿੰਡ ਵਿੱਚੋਂ ਖਤਮ ਕਰਨ ਲਈ ਅੱਜ ਤਰਨ ਤਾਰਨ ਦੇ ਪਿੰਡ ਗੋਹਲਵੜ ਵਿਖੇ ਪਿੰਡ ਦੀ ਪੰਚਾਇਤ ਨੇ ਧੜੇਬੰਦੀ ਤੋਂ ਉੱਪਰ ਉੱਠ ਕੇ ਆਵਾਜ਼ ਬੁਲੰਦ ਕੀਤੀ ਅਤੇ ਪਿੰਡ ਦੇ ਗੁਰਦੁਆਰੇ ਵਿੱਚ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਤਰਨ ਤਾਰਨ ਦੇ SSP ਦਰਸ਼ਨ ਸਿੰਘ ਮਾਨ ਪੁੱਜੇ। ਇਸ ਮੌਕੇ ਤੇ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਯਕੀਨ ਦਵਾਇਆ ਕਿ ਉਹ ਨਸ਼ੇ ਨੂੰ ਰੋਕਣ ਲਈ ਪੂਰੀ ਤਰ੍ਹਾਂ ਪੁਲਿਸ ਦੀ ਮਦਦ ਕਰਨਗੇ। ਉਹ ਜੇ ਕੋਈ ਨਸ਼ੇ ਵੇਚਦਾ ਹੈ ਤਾਂ ਉਸਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਜਾਵੇਗੀ। ਇਸ ਮੌਕੇ ਤੇ SSP ਦਰਸ਼ਨ ਸਿੰਘ ਮਾਨ ਨੇ ਪਿੰਡ ਵਾਸੀਆਂ ਨੂੰ ਇਸ ਕੰਮ ਦਾ ਸਾਥ ਦੇਣ ਲਈ ਜਿੱਥੇ ਧੰਨਵਾਦ ਕੀਤਾ ਉੱਥੇ ਸਾਥ ਹੀ ਵਿਸ਼ਵਾਸ ਦਵਾਇਆ ਕਿ ਜੇ ਕੋਈ ਨੌਜਵਾਨ ਨਸ਼ਾ ਲੈ ਰਿਹਾ ਹੈ ਤੇ ਜੇ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਸਾਡੇ ਕੋਲ ਆਵੇ, ਪੁਲਿਸ ਵੱਲੋਂ ਉਸਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ ਅਤੇ ਉਸਦਾ ਇਲਾਜ ਵੀ ਮੁਫਤ ਕੀਤਾ ਜਾਵੇਗਾ। ਉਹਨਾਂ ਨਸ਼ੇ ਦੇ ਸੁਦਾਗਰਾਂ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ। ਸਾਡੇ ਪਿੰਡ ਦੇ ਨੌਜਵਾਨ ਜਿਹੜੇ ਮੇਰੇ ਵੀਰ ਨੇ ਸਾਰੇ ਅਸੀਂ ਇਕੱਠੇ ਹੋ ਗਏ, ਮੁੰਡਿਆਂ ਨੇ ਜੋ ਉਪਰਾਲਾ ਕੀਤਾ ਹੈ ਅਸੀਂ ਜਵਾਨੀ ਨੂੰ ਬਚਾਉਣ ਲਈ, ਸੋ ਸਾਰੇ ਬੜਾ ਸਾਨੂੰ ਯੋਗਦਾਨ ਦਿੱਤਾ ਹੈ। ਸਾਡੇ ਪਿੰਡ ਦੀ ਪੰਚਾਇਤ ਨੇ, ਮੋਹਦਵਾਰਾਂ ਨੇ, ਸਾਰੇ ਜੋ ਵੀ ਪਿੰਡ ਦੇ ਨਗਰ ਦੇ ਜਿਨ੍ਹਾਂ ਦੇ ਬੱਚੇ ਇਸ ਦਲਦਲ ਵਿੱਚ ਫਸੇ ਸੀ ਉਹ ਸਾਡੇ ਕੋਲ ਆਣ ਕੇ ਰੋਏ ਆ ਕਿ ਇਹ ਜਿਹੜਾ ਕਹਿਰ ਨੂੰ ਘੱਟ ਕੀਤਾ ਜਾਵੇ, ਇਹਨੂੰ ਖਤਮ ਕੀਤਾ ਜਾਵੇ। ਸੋ ਅਸੀਂ ਬੜੇ ਧੰਨਵਾਦੀ ਸਾਰੇ ਪਿੰਡ ਦੇ ਜਿਹੜੇ ਕਿ ਅੱਜ ਇੱਕ ਵੱਡਾ ਕੱਟ ਸਾਡੇ ਪਿੰਡ ਵਿੱਚ ਹੋਇਆ ਹੈ ਅਤੇ ਅਸੀਂ ਹੋਰ ਵੀ ਦੂਜੇ ਪਿੰਡਾਂ ਦੇ ਆਪਣੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਨਸ਼ੇ ਤੋਂ ਬਚਿਆ ਜਾਵੇ, ਕਿਉਂਕਿ ਇਹ ਇੱਕ ਬਹੁਤ ਹੀ ਮਾੜਾ ਨਸ਼ਾ ਹੈ ਜੋ ਕਿ ਜਾਨਲੇਵਾ ਹੋ ਬਣ ਚੁੱਕਾ ਹੈ। ਪੰਜਾਬ ਦੀ ਜਵਾਨੀ ਖਤਮ ਕਰ ਦਿੱਤੀ ਗਈ ਹੈ। ਇੱਥੇ ਇੱਕ ਤਾਂ ਆਪਣੇ ਜੋ ਪੰਜਾਬੀਆਂ ਦੀ ਕੌਮ ਜਿਹੜੀ ਇੱਕ ਬਹਾਦਰ ਕੌਮ ਮੰਨੀ ਜਾਂਦੀ ਸੀ, ਅੱਜ ਇੱਕ ਨਸ਼ੇ ਦੇ ਨਾਮ 'ਤੇ ਮਸ਼ਹੂਰ ਹੋ ਚੁੱਕੀ ਹੈ ਸੰਸਾਰ ਦੇ ਵਿੱਚ। ਸੋ ਬੇਨਤੀ ਕਰਦਾ ਹਾਂ ਕਿ ਇਹ ਨਸ਼ੇ ਨੂੰ ਬੰਦ ਕੀਤਾ ਜਾਵੇ ਅਤੇ ਸਾਰੇ ਮੇਰੇ ਵੀਰ ਭਰਾ ਜੋ ਵੀ ਬਜ਼ੁਰਗ ਸਨ ਸਾਰੇ ਪਿੰਡਾਂ ਆਪੋ ਆਪਣੇ ਪਿੰਡਾਂ ਦੇ ਵਿੱਚ ਇਸ ਨਸ਼ੇ ਨੂੰ ਬੰਦ ਕਰਨ ਲਈ ਅਨੇਕ ਉਪਰਾਲੇ ਕਰਨ ਅਤੇ ਪ੍ਰਸ਼ਾਸਨ ਘੜੀ ਜਾ ਕੇ ਪ੍ਰਸ਼ਾਸਨ ਨੂੰ, SSP ਸਾਹਿਬ ਨੂੰ, ਪੁਲਿਸ ਨੂੰ ਆਪਣੇ ਪਿੰਡ ਦੇ ਵਿੱਚ ਸੱਦੇ ਦੇਣ ਤਾਂ ਜੋ ਉਹ ਆਪਣੇ ਵਿਚਾਰ ਰੱਖ ਕੇ ਇਸ ਨਸ਼ੇ ਦੀ ਦਲਦਲ ਨੂੰ ਖਤਮ ਕਰਨ। ਕੱਲ੍ਹ ਮੇਰੇ ਕੋਲ ਗਏ ਸੀ ਗੋਲਵੜ ਪਿੰਡ ਦੇ, ਇਹਨਾਂ ਨੇ ਕਮੇਟੀ ਬਣਾਈ ਆਪਦੀ ਜਿਹੜੀ ਕਿ ਜਿਹੜੇ ਨਵੇਂ ਬੱਚੇ ਜਿਹੜੇ ਪੀ ਰਹੇ ਨੇ ਜਾਂ ਡਰੱਗ ਯੂਜ ਕਰ ਰਹੇ ਨੇ, ਇਹ ਆਪ ਅੱਗੇ ਆਏ ਨੇ ਪਿੰਡ ਦੇ ਲੋਕ। ਕੱਲ੍ਹ ਮੇਰੇ ਕੋਲ ਗਏ ਸੀ ਕਿ ਸਾਡਾ ਸਾਰਾ ਪਿੰਡ ਤਿਆਰ ਹੈ ਇਸ ਵਿਸ਼ੇ 'ਤੇ ਵੀ ਤੁਸੀਂ ਆਓ। ਅੱਜ ਇਸ ਕਰਕੇ ਮੈਂ ਇੱਥੇ ਆਇਆ ਅਤੇ ਇੱਥੇ ਦੇ ਲੋਕਾਂ ਦਾ ਉਤਸ਼ਾਹ ਦੇਖ ਕੇ ਅਤੇ ਇਹਨਾਂ ਨੇ ਪਿੰਡ ਲੈਵਲ ਦਾ ਜੋ ਇਹਨਾਂ ਨੇ ਸਾਰੀਆਂ ਵੀ ਸਾਰੀਆਂ ਪਾਰਟੀਆਂ ਤੋਂ ਜਾਂ ਸਾਰੇ ਧਰਮਾਂ ਤੋਂ ਉੱਪਰ ਉੱਠ ਕੇ ਇਹਨਾਂ ਨੇ ਇੱਕ ਕਮੇਟੀ ਬਣਾਈ ਹੈ ਜੀ ਸਾਂਝੇ ਬੰਦਿਆਂ ਦੀ। ਉਹ ਪਿੰਡ 'ਚ ਜੇ ਕੋਈ ਦੇਖੂਗਾ ਉਹਨੂੰ ਫੜਨਗੇ, ਸਾਡੇ ਧਿਆਨ 'ਚ ਲਿਆਉਣਗੇ ਅਤੇ ਜੇ ਕੋਈ ਪੀਂਦੇ ਨੇ ਉਹਨਾਂ ਨੂੰ ਇਹ ਕਹਿੰਦੇ ਅਸੀਂ ਤੁਹਾਡੇ ਕੋਲ ਲੈ ਕੇ ਆਵਾਂਗੇ, ਦਾਖਲ ਕਰਾਵਾਂਗੇ। ਇਹ ਬੜਾ ਇੱਕ ਵਧੀਆ ਜਿਹਨੂੰ ਉਪਰਾਲਾ ਪਿੰਡ ਵਾਲਿਆਂ ਵੱਲੋਂ ਕਿਹਾ ਲੱਗਦਾ, ਇਹ 13ਵਾਂ 14ਵਾਂ ਪਿੰਡ ਹੈ ਤਰਨ ਤਾਰਨ ਜ਼ਿਲ੍ਹੇ ਦਾ ਜਿਹੜਾ ਆਪਦੇ ਤੌਰ 'ਤੇ ਇਸ ਕੰਮ ਵੱਲ ਅੱਗੇ ਵਧਿਆ। ਜਾਗਤੀ ਲੈ ਲਈ ਤਰਨ ਤਾਰਨ ਤੋਂ ਵਿਜੇ ਕੁਮਾਰ ਦੀ ਰਿਪੋਰਟ।